ਦੀ ਗੱਲ ਕਰੀਏ ਨੇਤਾ 'ਚ ਫਰਕ ਪੈ ਚੁੱਕਾ ਹੈ ਕਿ ਸਾਡੇ ਜਿਹੜੇ ਲੋਕ ਹੈਗੇ ਉਹਨਾਂ 'ਚ ਕੋਈ ਜਿਹੜਾ ਫਰਕ ਹੈਗਾ ਸ਼੍ਰੋਮਣੀ ਅਕਾਲੀ ਦੇ ਨਾਲ ਤੁਸੀਂ ਬੜਾ ਲੰਬਾ ਸਮਾਂ ਬਿਤਾਇਆ ਚਾਹੇ ਤੁਸੀਂ ਹੁਣ ਅਲੱਗ ਹੈਗੇ ਹੋ ਕਿੰਨਾ ਕੁ ਜਿਹੜਾ ਸ਼੍ਰੋਮਣੀ ਅਕਾਲੀ ਨੂੰ ਖੜਾ ਕਰਨ ਵਾਸਤੇ ਤੁਸੀਂ ਬਾਦਲ ਸਾਹਿਬ ਦੇ ਨਾਲ ਜੁੜ ਕੇ ਰਹੋ ਬਾਦਲ ਸਾਹਿਬ ਇਹ ਵੀ ਕਹਿੰਦੇ ਰਹੇ ਕਿ ਜੇ ਨਾ ਹੁੰਦੇ ਤਾਂ ਮੈਂ ਅੱਜ ਇਸ ਕੁਰਸੀ ਤੇ ਨਾ ਹੁੰਦਾ ਅੱਜ ਸੁਖਬੀਰ ਸਿੰਘ ਬਾਦਲ ਦੇ ਹੱਥ ਕਮਾਨ ਹੈਗੀ ਹੈ ਕੀ ਤੁਹਾਡੇ ਅਲੱਗ ਹੋਣ ਦਾ ਕੋਈ ਅਜਿਹਾ ਕਾਰਨ ਹੀ ਬਣਿਆ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਪ੍ਰਧਾਨ ਨਾ ਹੁੰਦੇ ਜਾਂ ਅਤੇ ਮੈਂ ਕੋਰ ਕਮੇਟੀ 'ਚ ਕਿਹਾ ਮੈਂ ਤੈਨੂੰ ਰਿਜ਼ਾਈਨ ਕਰਨਾ ਚਾਹੀਦਾ ਬਲਕਿ ਇੱਥੋਂ ਤੱਕ ਕਿਹਾ ਕਿ ਵੱਡੇ ਬਾਦਲ ਨੂੰ ਅਸੀਂ ਬਣਾ ਲੈਂਦੇ ਪ੍ਰਧਾਨ ਲੇਕਿਨ ਉਹ ਆਪਦੇ ਬਾਪ ਨੂੰ ਵੀ ਨਹੀਂ ਮੰਨਿਆ ਧਰਮ ਅਤੇ ਸਿਆਸਤ ਇਕੱਠੇ ਨੇ ਹਮੇਸ਼ਾ ਧਰਮ ਉੱਪਰ ਰਹੇ ਪਰ ਸੁਖਬੀਰ ਜਿੱਦਾਂ ਦਾ ਪ੍ਰਧਾਨ ਬਣਿਆ ਉਹਨੇ ਧਰਮ ਹੇਠਾਂ ਕਰਤਾ ਅਤੇ ਰਾਜਨੀਤੀ ਉੱਪਰ ਕਰਤਾ ਅੱਜ ਵੀ ਚਾਹੇ ਕਰਤਾ ਤਾਂ ਜੈਸਾ ਰਹੋ ਜਦੋਂ ਮਰਜ਼ੀ ਬਦਲ ਦਿੰਦੇ ਨੇ ਚਾਹੇ ਐਸ ਜੀ ਪੀ ਦਾ ਪ੍ਰਧਾਨ ਹੋਵੇ ਤਾਂ ਵੀ ਉਹ ਆਪ ਆਪਣੀ ਕਰਦਾ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਖਤਮ ਕਰਤਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਪੰਜਾਬ ਦੇ ਕੱਦਵਰ ਨੇਤਾ ਅਸੀਂ ਗੱਲ ਕਰੀਏ ਤਾਂ ਰਾਜਨੀਤੀ ਦੇ ਅਸੀਂ ਬੋਰਡ ਕਹਿ ਸਕਦੇ ਹਾਂ ਬਹੁਤ ਹੀ ਪੁਰਾਣੀ ਰਾਜਨੀਤੀ ਜਿੱਥੋਂ ਕਿ ਰਾਜਨੀਤੀ ਸ਼ੁਰੂਆਤ ਹੁੰਦੀ ਹੈ ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਹੈਗੇ ਨੇ ਜਿਨ੍ਹਾਂ ਨੇ ਪੰਜਾਬ ਦੇ ਹਰ ਇੱਕ ਮੁੱਦੇ ਨੂੰ ਚਾਹੇ ਉਹ ਸੈਂਟਰ ਹੋਵੇ ਚਾਹੇ ਪੰਜਾਬ ਦੇ ਵਿੱਚ ਮਿਨਿਸਟਰ ਲੈਵਲ 'ਤੇ ਰਹੇ ਨੇ ਉਹਨਾਂ ਨੇ ਹਰ ਇੱਕ ਮੁੱਦੇ ਨੂੰ ਬੜੇ ਹੀ ਪੰਜਾਬ ਨੂੰ ਜਦੋਂ ਸੰਕਟ ਵੀ ਆਏ ਕਿਸੇ ਸਮੇਂ ਤਾਂ ਪੰਜਾਬ ਨੂੰ ਉੱਪਰ ਚੱਕਣ ਦੀ ਹਰ ਇੱਕ ਕੋਸ਼ਿਸ਼ ਕੀਤੀ ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ ਹੈਗੇ ਨੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਹਮਦਰਦ ਟੀਵੀ 'ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ ਧੰਨਵਾਦ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਇਹ ਕਰਾਂਗੇ ਤੁਹਾਡੀ ਰਾਜਨੀਤੀ ਜਦੋਂ ਸ਼ੁਰੂਆਤ ਸੀ ਉਸ ਸਮੇਂ ਅਤੇ ਅੱਜ ਦੀ ਰਾਜਨੀਤੀ 'ਚ ਤੁਹਾਨੂੰ ਕੀ ਕਿੰਨਾ ਕੁ ਫਰਕ ਲੱਗ ਰਿਹਾ ਦੇਖੋ ਜ਼ਮੀਨ ਅਸਮਾਨ ਦਾ ਫਰਕ ਹੈ ਜੀ 1972 'ਚ ਮੈਂ ਇੰਡੀਪੈਂਡੈਂਟ ਜਿੱਤਿਆ ਜੀ ਲੇਕਿਨ ਲੋਕਾਂ ਨੇ ਪਿੰਡਾਂ 'ਚ ਜਾਂਦਾ ਸੀ ਮੈਂ ਅਤੇ ਲੋਕ ਮੈਨੂੰ ਪੈਸੇ ਦਿੰਦੇ ਸੀ ਜੀ ਛੋਟੇ ਪਿੰਡ 'ਚ 1100 ਦੇ ਦੇਣਾ ਵੱਡੇ 'ਚ 2100 ਦੇ ਦੇਣਾ ਇਸ ਤਰ੍ਹਾਂ ਇਕੱਠੇ ਕਰਕੇ ਦਿੰਦੇ ਸੀ ਔਰ ਮੇਰਾ ਕੋਈ ਇੱਕ ਵੀ ਉਹ ਨਹੀਂ ਸੀਗੀ ਕੋਈ ਸਾਡੇ ਕੋਲ ਇੱਕੋ ਹੀ ਕਾਰ ਹੁੰਦੀ ਸੀ ਅਤੇ ਇੱਕ ਮੇਰੇ ਦੋਸਤ ਨੇ ਕਿਸੇ ਨੇ ਅਖੀਰਲੇ 10 ਕੁ ਦਿਨ ਟਰੈਕਟਰ ਦੇ ਦਿੱਤਾ ਸੀ ਨਹੀਂ ਲੋਕਾਂ ਨੇ ਆਪੋ ਆਪਣੇ ਜਿੰਨੇ ਕੁ ਟਰੈਕਟਰ ਸੀ ਉਹ ਟਰੈਕਟਰ ਕਰ ਲਏ ਅਤੇ ਸਾਰਿਆਂ ਨੇ ਆਪਣੇ ਆਪ ਹੀ ਉਹਨਾਂ ਨੇ ਮਦਦ ਕੀਤੀ ਮੇਰੀ ਮਤਲਬ ਲੋਕ ਪਿਆਰ ਕਰਦੇ ਸੀ ਉਦੋਂ ਵੀ ਆਪਦੇ ਜਿਹੜਾ ਨੇਤੇ ਨੂੰ ਆਪਦੇ ਇੱਕ ਪਰਿਵਾਰ ਸਮਝਦੇ ਸੀ ਬਿਲਕੁਲ ਪਿਆਰ ਪਰਿਵਾਰ ਦੇ ਤੌਰ 'ਤੇ ਉਹਨਾਂ ਰਿਹਾ ਆਪਣਾ ਆਪ ਹੀ ਸਾਰਾ ਆ ਕੇ ਤੁਰਦੇ ਸੀ ਆਪੋ ਆਪਣੇ ਰਿਸ਼ਤੇਦਾਰਾਂ ਜਾਂਦੇ ਸੀ ਢੀਂਡਸਾ ਸਾਹਿਬ ਅੱਜ ਦੀ ਗੱਲ ਕਰੀਏ ਨੇਤਾ 'ਚ ਫਰਕ ਪੈ ਚੁੱਕਾ ਹੈ ਕਿ ਸਾਡੇ ਜਿਹੜੇ ਲੋਕ ਹੈਗੇ ਨੇ ਉਹਨਾਂ 'ਚ ਕੋਈ ਜਿਹੜਾ ਫਰਕ ਹੈਗਾ ਕਿਉਂਕਿ ਅੱਜ ਇੱਕ ਰਾਜਨੀਤੀ ਵੀ ਹੋਰ ਪਾਸੇ ਚਲੀ ਗਈ ਇੱਕ VIP ਕਲਚਰ ਜ਼ਿਆਦਾ ਜਿਹੜਾ ਪ੍ਰਫੁੱਲਿਤ ਹੋ ਰਿਹਾ ਲੋਕ ਲਗਾਤਾਰ ਸੜਕਾਂ 'ਤੇ ਬਾਹਰ ਆ ਰਹੇ ਨੇ ਦੇਖੋ ਗੱਲ ਇਹ ਹੈ ਕਿ ਲੋਕਾਂ 'ਚ ਵੀ ਥੋੜ੍ਹਾ ਜਿਹਾ ਫਰਕ ਪੈ ਗਿਆ ਜੀ ਉਸ ਟਾਈਮ ਜਿਹੜੇ ਮੈਂ ਇਲੈਕਸ਼ਨ ਦੀ ਗੱਲ ਕਰਦਾ ਇਲੈਕਸ਼ਨ ਜਿਹੜੇ ਵਰਕਰ ਸੀ ਸਾਡੇ ਉਹ ਕੋਈ ਪੈਸਾ ਨਹੀਂ ਮੰਗਦੇ ਸੀ ਜੀ ਘਰੋਂ ਰੋਟੀ ਖਾ ਕੇ ਆਉਂਦੇ ਸੀ ਘਰੇ ਜਾ ਕੇ ਰੋਟੀ ਖਾਂਦੇ ਸੀ ਜੀ ਕੋਈ ਲੰਗਰ ਸੀ ਚੱਲਦੇ ਜੀ ਅਤੇ ਬਲਕਿ ਆਪੋ ਆਪਣੀਆਂ ਕਨਵੇਅੰਸ ਨਾਲ ਹੀ ਚੱਲਦੇ ਸੀ ਆਪਣੇ ਪਿੰਡਾਂ ਨੇ ਕੋਈ ਟਰੱਕ ਟਰੈਕਟਰ ਲੈ ਲਿਆ ਕਿਸੇ ਨੇ ਟਰੱਕ ਲੈ ਲਿਆ ਕਿਰਾਏ 'ਤੇ ਮਤਲਬ ਇਹ ਨਹੀਂ ਸੀ ਵੀ ਸੱਤ ਮੂਵੀਆਂ ਵਾਲੇ ਪਿੱਛੇ ਪਿੱਛੇ ਹੁੰਦੇ ਨਾ ਜਦੋਂ ਵੀ ਕਿਤੇ ਜਾਣਾ ਤੁਹਾਡੇ ਸਮੇਂ ਅਜਿਹਾ ਹੁੰਦਾ ਸੀ ਕੋਈ ਹਾਂ ਬਿਲਕੁਲ ਠੀਕ ਹੈ ਕੋਈ ਮੂਵੀ ਨਹੀਂ ਹੁੰਦੀ ਸੀ ਉਦੋਂ ਬਲਕਿ ਮੇਰੇ ਯਾਦ ਹੈ ਕਿ ਹੁਣ ਵਿਚਾਰੇ ਬਹੁਤ ਬਜ਼ੁਰਗ ਹੋ ਕੇ ਮਰ ਗਏ ਪਰਵਾਨਾ ਜੀ ਹੁੰਦੇ ਜੀ ਉਹਨਾਂ ਨੇ ਇਕੱਲਿਆਂ ਨੇ ਲਿਖਿਆ ਸੀ ਕਿ ਮੈਂ ਇੰਡੀਪੈਂਡੈਂਟ ਵੀ ਜਿੱਤ ਸਕਦਾ ਅੱਛਾ ਜੀ ਅਤੇ ਮੈਂ ਉਹਨੂੰ ਕਿਹਾ ਵੀ ਤੁਹਾਨੂੰ ਕਿਵੇਂ ਕਹਿੰਦਾ ਮੈਂ ਢਾਬੇ 'ਤੇ ਬੈਠਾ ਸੀ ਅੱਛਾ ਅਤੇ ਮੈਂ ਕਹਿੰਦਾ ਉੱਥੋਂ ਪੁੱਛ ਰਿਹਾ ਸੀ ਲੋਕਾਂ ਤੋਂ ਕਹਿੰਦਾ ਲੋਕ ਆਵਾਜ਼ ਦੇ ਰਹੇ ਸੀ ਕਿ ਨਹੀਂ ਤੁਹਾਡੇ ਨਾਲ ਵੀ ਜਾਣਗੇ ਲੋਕ ਅਤੇ ਇਸ ਕਰਕੇ ਉਦੋਂ ਤਾਂ ਬਹੁਤ ਫਰਕ ਸੀ ਉਦੋਂ ਟੀਵੀ ਟੀਵੀ ਤਾਂ ਹੁੰਦੀ ਨਹੀਂ ਸੀ ਉਦੋਂ ਬਿਲਕੁਲ ਵੀ ਉਦੋਂ ਹਰ ਇੱਕ ਜਿਹੜਾ ਲੀਡਰ ਹੁੰਦਾ ਸੀ ਸੱਥਾਂ ਤੋਂ ਨਿਕਲਦੇ ਹੁੰਦੇ ਸੀ ਅਤੇ ਸੱਥਾਂ 'ਚ ਬਜ਼ੁਰਗਾਂ ਦੇ ਨਾਲ ਉਵੇਂ ਬਹਿ ਜਾਣਾ ਕਰਨਾ ਹੁਣ ਚਿਹਰਾ ਲੱਗਦੀਆਂ ਨੇ ਉਦੋਂ ਤਾਂ ਇੱਕ ਹੁੰਦਾ ਸੀ ਉੱਥੇ ਬੈਠ ਕੇ ਉਹਨਾਂ ਨਾਲ ਹੀ ਖਾ ਲੈਣਾ ਉਦੋਂ ਤਾਂ ਬਹੁਤਾ ਫਰਕ ਸੀ ਜੀ ਉਦੋਂ ਤਾਂ ਕੋਈ ਚੇਅਰ ਚੂਰ ਹੁੰਦੀ ਨਹੀਂ ਸੀ ਥੜਿਆਂ 'ਤੇ ਬੈਠਦੇ ਹੁੰਦੇ ਸਾਰੇ ਅਤੇ ਤੁਸੀਂ ਹੈਰਾਨ ਹੋਵੋਗੇ ਮੈਂ ਉੱਤੇ ਕਹਿੰਦਾ ਰਿਹਾ ਕਿ ਕਿਉਂਕਿ ਕਮਿਊਨਿਸਟ ਨਾਲ ਸਮਝੌਤਾ ਸੀ ਅਕਾਲੀ ਦਲ ਦਾ ਲੇਕਿਨ ਅਕਾਲੀ ਔਖੇ ਬੜੇ ਸੀ ਕਿ ਅਸੀਂ ਹਰ ਵਾਰ ਜਿਤਾ ਦਿੰਦੇ ਹਾਂ ਅਤੇ ਪਰ ਸਾਨੂੰ ਟਿਕਟ ਨਹੀਂ ਮਿਲਦਾ ਉਹਨਾਂ ਨੇ ਮੈਂ ਖੜ੍ਹਾ ਹੋ ਗਿਆ ਮੈਨੂੰ ਧੱਕੇ ਨਾਲ ਪੰਚਾਇਤਾਂ ਨੇ ਖੜ੍ਹਾ ਕਰਤਾ ਕਿਉਂਕਿ ਮੈਂ ਪਹਿਲੇ ਦਿਨ ਤੋਂ ਹੀ ਪੋਲੀਟਿਕਸ 'ਚ ਲੋਕਾਂ ਨੇ ਲਿਆਉਂਦਾ ਸੀ ਕਿ ਪਹਿਲਾਂ ਚਾਹੇ ਕਾਲਜ 'ਚ ਮੈਂ ਪ੍ਰਧਾਨ ਰਿਹਾ
ਪਿੰਡ ਦਾ ਸਰਪੰਚ ਰਿਹਾ, ਸੰਮਤੀ ਮੈਂਬਰ ਜਿੱਤੇ ਰਿਹਾ, ਫਿਰ ਮਾਰਕੀਟ ਕਮੇਟੀ ਦੀਆਂ ਇਲੈਕਸ਼ਨ ਆਉਂਦੀ ਉਹਦਾ ਚੇਅਰਮੈਨ ਰਿਹਾ, ਫਿਰ ਕੋਆਪਰੇਟਿਵ ਬੈਂਕ ਦਾ ਐਮ ਡੀ ਹੁੰਦਾ ਸੀ ਮੈਂ, ਸੈਂਟਰਲ ਕੋਆਪਰੇਟਿਵ ਬੈਂਕ ਦਾ, ਉਦੋਂ ਮੈਂ ਐਮ ਡੀ ਸੀਗਾ ਜਦੋਂ ਮੈਂ ਇਲੈਕਸ਼ਨ ਲੜਿਆ, ਲੇਕਿਨ ਪੰਚਾਇਤਾਂ ਨੇ ਮੈਨੂੰ ਧੱਕੇ ਨਾਲ ਲੜਾਇਆ। ਢੀਂਡਸਾ ਸਾਹਿਬ, ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਨਾਲ, ਤੁਸੀਂ ਬੜਾ ਲੰਬਾ ਸਮਾਂ ਬਿਤਾਇਆ, ਚਾਹੇ ਤੁਸੀਂ ਹੁਣ ਅਲੱਗ ਹੈਗੇ ਹੋ, ਕਿੰਨਾ ਕੁ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੂੰ ਖੜ੍ਹਾ ਕਰਨ ਵਾਸਤੇ ਤੁਸੀਂ ਬਾਦਲ ਸਾਹਿਬ ਦੇ ਨਾਲ ਜੁੜ ਕੇ ਰਹੋ, ਔਖੇ ਸਮੇਂ ਵੀ ਆਏ ਨੇ, ਦੰਗਿਆਂ ਦਾ ਸਮਾਂ ਵੀ ਸੀ, ਸਾਰੇ ਸਮੇਂ ਤੁਸੀਂ ਝੇਲੇ ਆ। ਦੇਖੋ, ਅਸੀਂ ਬਾਦਲ ਸਾਹਿਬ ਦੇ ਨਾਲ ਖੜ੍ਹੇ, ਪੂਰਾ ਡਟ ਕੇ ਖੜ੍ਹੇ ਜੀ। ਤੁਸੀਂ ਹੈਰਾਨ ਹੋਵੋਗੇ ਕਿ ਇੱਕ ਵਾਰੀ ਐਸਾ ਸੀ ਕਿ ਉਹਨਾਂ ਨੂੰ ਜਥੇਦਾਰ ਅਕਾਲ ਤਖ਼ਤ ਨੇ ਬੁਲਾ ਲਿਆ ਜੀ, ਅਤੇ ਉਹਨਾਂ ਨੇ ਕੀ ਕੀਤਾ ਵੀ ਆਪ ਅਗਿਆਤਵਾਸ ਚਲੇ ਗਏ ਜੀ, ਅਤੇ ਸਾਡੀ 5 ਮੈਂਬਰਾਂ ਦੀ ਕਮੇਟੀ ਬਣਾ ਗਏ ਜੀ, ਔਰ ਮੈਂ ਉਹਦਾ ਕਨਵੀਨਰ ਸੀ। ਮੇਰੇ ਨਾਲ ਬੜੇ 4 ਸੀਨੀਅਰ ਸੀਗੇ ਜੀ, ਸਰਦਾਰ ਪ੍ਰਕਾਸ਼ ਸਿੰਘ ਮਜੀਠਾ ਹੁੰਦੇ ਉਦੋਂ ਜਿਉਂਦੇ ਜੀ, ਬਡਾਲਾ ਸਾਹਿਬ ਸੀ ਜੀ, ਬਰਮਪੁਰਾ ਜੀ ਸੀ, ਗੁਰਦੇਵ ਬਾਦਲ ਸੀ ਜੀ, ਔਰ ਹੁਣ ਅੱਜ ਵਿਚਾਰੇ ਚਾਰੇ ਹੋਏ ਸੀ, ਦੁਨੀਆਂ 'ਚ ਤਾਂ ਨਹੀਂ ਰਹੇ ਜੀ। ਲੇਕਿਨ ਅਸੀਂ ਪੂਰਾ ਜ਼ੋਰ ਲਾ ਕੇ ਅਸੀਂ ਜਥੇਦਾਰ ਕੋਲ ਗਏ ਕਿ ਅਸੀਂ ਆ ਜਾਂਦੇ ਹਾਂ, ਹੁਣ ਤਾਂ ਉਹ ਤਾਂ ਚਲੇ ਗਏ, ਕਹਿੰਦੇ ਨਹੀਂ ਅਸੀਂ ਮਿਲਾਉਣੀ ਉਹਨੂੰ ਹੈ ਜੀ। ਉਦੋਂ ਬਾਅਦ ਅਸੀਂ ਡਟ ਕੇ ਉਹਦੇ ਨਾਲ ਖੜ੍ਹੇ, ਅਤੇ ਬਾਦਲ ਸਾਹਿਬ ਇਹ ਵੀ ਕਹਿੰਦੇ ਰਹੇ ਕਿ ਜੇ ਨਾ ਹੁੰਦੇ ਤਾਂ ਮੈਂ ਅੱਜ ਇਸ ਕੁਰਸੀ 'ਤੇ ਨਾ ਹੁੰਦਾ। ਅੱਜ ਸੁਖਬੀਰ ਸਿੰਘ ਬਾਦਲ ਦੇ ਹੱਥ ਕਮਾਨ ਹੈਗੀ ਹੈ, ਕੀ ਤੁਹਾਡੇ ਅਲੱਗ ਹੋਣ ਦਾ ਕੋਈ ਅਜਿਹਾ ਕਾਰਨ ਹੀ ਬਣਿਆ ਕਿ ਸੁਖਬੀਰ ਸਿੰਘ ਬਾਦਲ ਸ਼ਾਇਦ ਪ੍ਰਧਾਨ ਨਾ ਹੁੰਦੇ ਜਾਂ ਇਸ ਕੁਰਸੀ 'ਤੇ ਨਾ ਹੁੰਦੇ, ਤੁਸੀਂ ਇਕੱਠੇ ਹੁੰਦੇ ਜਾਂ ਕੀ ਕਾਰਨ ਕੀ ਬਣਿਆ? ਉਹਦਾ ਕਾਰਨ ਇਹ ਸੀ ਕਿ ਜਦੋਂ ਬੰਦਾ ਹਾਰਦਾ ਜੀ ਤਾਂ ਪ੍ਰਧਾਨ ਇੱਕ ਵਾਰੀ ਰਿਜ਼ਾਈਨ ਕਰਦਾ। ਬਿਲਕੁਲ। ਮੈਂ ਜਦੋਂ ਅਸੀਂ 14-15 ਸੀਟਾਂ ਜਿੱਤੇ ਜੀ, ਅਤੇ ਮੈਂ ਕੋਰ ਕਮੇਟੀ 'ਚ ਕਿਹਾ ਮੈਂ ਤੁਹਾਨੂੰ ਰਿਜ਼ਾਈਨ ਕਰਨਾ ਚਾਹੀਦਾ ਜੀ, ਬਲਕਿ ਇੱਥੋਂ ਤੱਕ ਕਿਹਾ ਕਿ ਵੱਡੇ ਬਾਦਲ ਨੂੰ ਅਸੀਂ ਬਣਾ ਲੈਣਾ ਪ੍ਰਧਾਨ ਜੀ, ਲੇਕਿਨ ਉਹ ਆਪਦੇ ਬਾਪ ਨੂੰ ਵੀ ਨਹੀਂ ਮੰਨਿਆ ਜੀ, ਅਤੇ ਉਹਨੇ ਨਹੀਂ ਕੀਤਾ। ਫਿਰ ਉਹਨੂੰ ਕਿੰਨੀ ਵਾਰੀ ਕਿਹਾ ਵੀ ਕਮੇਟੀ ਬਣਾ ਦਿਓ ਕੋਈ ਜੀ, ਇੰਟਲੈਕਚੁਅਲਾਂ ਦੀ ਬਣਾ ਦਿਓ ਜੀ, ਕਿ ਪਤਾ ਤਾਂ ਲਵੇ ਕਿਉਂ ਹਰੇ ਆਪਾਂ ਜੀ, ਬਿਲਕੁਲ, ਅਤੇ ਇਹਨੂੰ ਕਿਵੇਂ ਅੱਗੇ ਤੋਂ ਸੁਧਾਰਿਆ ਜਾ ਸਕਦਾ ਜੀ ਜੀ। ਲੇਕਿਨ ਅੱਜ ਤੱਕ ਉਹਨੇ ਕੋਈ ਕਮੇਟੀ ਨਹੀਂ ਬਣਾਈ। ਮਤਲਬ ਉਹਦਾ ਨੁਕਸਾਨ ਹੁਣ ਇੱਕ PTC ਨੂੰ ਲੈ ਕੇ ਲਗਾਤਾਰ ਵਿਵਾਦ ਚੱਲ ਰਹੇ ਨੇ, ਗੁਰਬਾਣੀ ਨੂੰ ਲੈ ਕੇ ਚੱਲ ਰਹੇ, SCPC ਲਗਾਤਾਰ ਮੀਟਿੰਗਾਂ ਜਾਰੀ ਹੈਗੀਆਂ ਨੇ, ਤੁਹਾਨੂੰ ਲੱਗਦਾ ਹੈ ਕਿ ਜਿਹੜਾ SCPC ਅਤੇ ਸੁਖਬੀਰ ਸਿੰਘ ਬਾਦਲ ਮੀਟਿੰਗਾਂ ਜਿਹੜੀਆਂ ਹੈਗੀਆਂ ਨੇ, ਇਹਨਾਂ ਦੇ ਨਾਲ ਕੋਈ ਫਰਕ ਜਿਹੜਾ ਹੈਗਾ PTC ਨੂੰ ਅੱਗੇ ਲਿਆਉਣ ਦੇ ਲਈ ਜ਼ਿਆਦਾ ਕੀਤਾ ਜਾ ਰਿਹਾ? ਦੇਖੋ, ਮੇਰੀ ਗੱਲ ਸੁਣ, ਸਾਡਾ ਉਹਨਾਂ ਨਾਲ ਸਿਧਾਂਤਕ ਤੌਰ 'ਤੇ ਸਾਡੀ ਉਹਨਾਂ ਨਾਲ ਲੜਾਈ ਹੈ ਜੀ, ਸਾਡੀ ਕੋਈ ਪਰਸਨਲ ਲੜਾਈ ਨਹੀਂ ਹੈ ਜੀ। ਕੀ ਹੈ, ਅਸੀਂ ਕਿਉਂ ਵੱਖਰੇ ਹੋਏ ਜੀ? ਕਿਉਂਕਿ ਸਿੱਖ ਰਾਜਨੀਤੀ ਵਿੱਚ ਜੀ ਭਾਵੇਂ ਧਰਮ ਅਤੇ ਸਿਆਸਤ ਇਕੱਠੇ ਨੇ, ਹਮੇਸ਼ਾ ਧਰਮ ਉੱਪਰ ਰਿਹਾ ਜੀ, ਪਰ ਸੁਖਬੀਰ ਜਿੱਦਾਂ ਦਾ ਪ੍ਰਧਾਨ ਬਣਿਆ ਜੀ, ਉਹਨੇ ਧਰਮ ਹੇਠਾਂ ਕਰਤਾ ਅਤੇ ਰਾਜਨੀਤੀ ਉੱਪਰ ਕਰ ਦਿੱਤਾ ਜੀ। ਇਹ ਸਾਡਾ ਮੇਨ, ਤਾਂ ਹੋਰ ਵੀ ਬਹੁਤ ਇਸ਼ੂ ਨੇ, ਲੇਕਿਨ ਮੇਨ ਇਹ ਸੀ ਕਿ ਅੱਜ ਵੀ ਚਾਹੇ ਅਕਾਲ ਤਖ਼ਤ ਦਾ ਜਥੇਦਾਰ ਹੋਵੇ, ਜਦੋਂ ਮਰਜ਼ੀ ਬਦਲ ਦਿੰਦੇ ਨੇ, ਚਾਹੇ AGP ਦਾ ਪ੍ਰਧਾਨ ਹੋਵੇ ਤਾਂ ਵੀ ਉਹ ਆਪ ਆਪਣੀ ਕਰਦਾ, ਅਤੇ ਕੋਈ ਵੀ ਹੋਵੇ ਸਾਰਾ ਕੁਛ ਉਹਨੇ ਆਪਣੇ ਕਬਜ਼ੇ 'ਚ ਕੀਤਾ ਹੋਇਆ। ਔਰ PTC ਬਾਰੇ ਜੀ ਬੜੀਆਂ ਸਿੱਖ ਸੰਸਥਾਵਾਂ ਨੇ ਵੀ ਕਿਹਾ, ਅਸੀਂ ਵੀ ਕਿਹਾ ਵੀ ਬਾਕੀ ਨੂੰ ਵੀ ਅਲਾਊ ਕਰੋ ਜੀ, ਲੇਕਿਨ ਉਹਨੂੰ ਆਪਣਾ ਲਾਲਚ ਇੰਨਾ ਹੋ ਗਿਆ, ਹਾਲਾਂਕਿ ਪੈਸਾ ਬੜਾ ਕਮਾਇਆ ਉਹਨੇ ਜੀ, ਪਰ ਲਾਲਚ ਉਹਨੂੰ ਇੰਨਾ ਹੋ ਗਿਆ ਕਿ ਹੁਣ ਵੀ ਨਹੀਂ ਛੱਡਿਆ ਉਹਨੇ, ਹੁਣ ਵੀ ਉਹਨੂੰ ਚਾਹੀਦਾ। ਮੈਂ ਤਾਂ SGPC ਦੇ ਪ੍ਰਧਾਨ ਨੂੰ ਵੀ ਗੱਲ ਕਹੀ ਸੀ TV ਰਾਹੀਂ ਜੀ, ਕਿ ਤੈਨੂੰ ਹੁਣ ਇੱਕ ਸਾਥ ਦਿੱਤਾ ਸਭ ਨੇ, ਕਿਉਂਕਿ ਇਸ ਚੀਜ਼ ਦੇ ਸਾਰੇ ਖਿਲਾਫ ਹਾਂ ਅਸੀਂ ਕਿ ਸਰਕਾਰ ਨੂੰ ਦਖਲ ਨਹੀਂ ਦੇਣਾ ਚਾਹੀਦਾ ਸਿੱਖ ਇਸ਼ੂ 'ਤੇ। ਜਦੋਂ ਭਗਵੰਤ ਮਾਨ ਹੋਰਾਂ ਨੇ ਇਹ ਵੀ ਗੱਲ ਕੀਤੀ ਹੈ ਕਿ SCPC ਚਾਹੇ ਆਪਣਾ ਇੱਕ ਅਲੱਗ ਅਦਾਰਾ ਬਣਾ ਸਕਦਾ, ਅਸੀਂ ਪੈਸਾ ਵੀ ਇਨਵੈਸਟ ਕਰਾਂਗੇ, ਜੋ ਵੀ ਹੈਲਪ ਸਾਡੇ ਵੱਲੋਂ ਹੋਏਗੀ ਅਸੀਂ ਸਰਕਾਰ ਵਜੋਂ ਕਰਾਂਗੇ, ਤਾਂ ਉਦੋਂ ਇਹ ਵੀ ਫੈਸਲਾ ਠੀਕ ਸੀ ਜੇਕਰ ਇੱਕ SCPC ਅਲੱਗ ਚੈਨਲ ਖੋਲ੍ਹਦੇ? ਚਲੋ, ਹੁਣ ਸਾਰੇ ਚੈਨਲਾਂ ਦਾ ਜਿਹੜਾ ਗੱਲਬਾਤ ਚੱਲ ਰਹੀ ਹੈ, ਉਹਦੇ 'ਚ ਕੀ ਤੁਹਾਨੂੰ ਲੱਗਦਾ ਕੋਈ ਗਲਤ ਗੱਲ ਕੀਤੀ ਹੈ? ਇੱਕ ਛੱਡੋ, ਜਥੇਦਾਰ ਅਕਾਲ ਤਖ਼ਤ ਨੇ ਕਿਹਾ ਜੀ, ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੇ ਕਿਹਾ ਵੀ ਨਹੀਂ ਤੁਸੀਂ ਆਪਦਾ ਚੈਨਲ ਚਲਾਓ, ਲੇਕਿਨ ਉਹਨਾਂ ਨੇ ਕਿਹਾ ਸੀ ਇੱਕ ਹਫ਼ਤੇ ਦੇ ਅੰਦਰ ਅੰਦਰ ਚਲਾਓ ਜੀ, ਇਹਨਾਂ ਦਾ ਹਫ਼ਤਾ ਤਾਂ ਛੱਡੋ, ਕਿੰਨੀ ਦੇਰ ਹੋ ਗਈ, ਅਪ੍ਰੈਲ 'ਚ ਕਿਹਾ ਸੀ ਉਹਨਾਂ ਨੇ ਜੀ, ਅਤੇ ਮੁੜ ਕੇ ਉਹਨਾਂ ਨੇ SGPC ਨੇ ਬੋਲੇ ਵੀ ਨਹੀਂ, ਚੁੱਪ ਵੀ ਨਹੀਂ ਰਿਹਾ, ਜਥੇਦਾਰ ਦੇ ਉਹਨੂੰ ਜਥੇਦਾਰ ਬਦਲਤਾ ਜੀ, ਲੇਕਿਨ ਆਪ ਨਹੀਂ ਹੈ। ਅਸੀਂ ਵੀ ਹੁਣ ਅੱਜ ਵੀ ਇਹ ਕਹਿਣਾ ਚਾਹੁੰਦੇ ਹਾਂ ਜੀ ਕਿ ਉਹ ਇਸ ਇਸ਼ੂ 'ਤੇ ਸਾਰੇ ਅਸੀਂ ਇਕੱਠੇ ਹਾਂ ਜੀ, ਕਿ ਧਰਮ ਵਿੱਚ ਦਾ ਸਰਕਾਰ ਦਾ ਦਖਲ ਨਹੀਂ ਦੇਣਾ ਚਾਹੀਦਾ SGPC ਦੇ ਮਸਲੇ 'ਚ ਜੀ, ਲੇਕਿਨ ਜੇ ਉਹਨਾਂ ਨੇ
ਬੋਲਦਿਆਂ ਕਿਹਾ ਸੀ ਸਾਰੇ ਮੈਂਬਰਾਂ ਨੇ ਬਹੁਤਿਆਂ ਨੇ ਕਈਆਂ ਤੋਂ ਉਹਨੇ ਬੋਲਣ ਦਿੱਤਾ ਪੂਰਾ, ਬੀਬੀ ਜਗੀਰ ਕੌਰ ਨੇ ਨਹੀਂ ਬੋਲਣ ਦਿੱਤਾ, ਇੱਕ ਦੋ ਹੋਰ ਮੈਂਬਰਾਂ ਨੂੰ ਪੂਰਾ ਨਹੀਂ ਬੋਲਣ ਦਿੱਤਾ। ਸਾਡੇ ਇੱਕ ਮੈਂਬਰ ਹੈ ਸ਼ਾਹਪੁਰ, ਉਹਨੂੰ ਨਹੀਂ ਬੋਲਣ ਦਿੱਤਾ। ਲੇਕਿਨ ਉਹਨਾਂ ਨੂੰ ਹੁਣ ਵੀ ਕਹਿਣਾ ਚਾਹੁੰਦੇ ਹਾਂ ਕਿ ਜੇ ਤੁਸੀਂ ਅੱਜ ਵੀ ਪੀ ਟੀ ਸੀ ਦੇ ਨਾਲ ਖੜ੍ਹੇ ਹੋ ਗਏ ਤਾਂ ਮੁੜ ਕੇ ਤੁਹਾਡੇ ਨਾਲ ਕਿਸੇ ਨੇ ਨਹੀਂ ਲੱਗਣਾ। ਨਹੀਂ ਐਡਾ ਵੱਡਾ ਫੈਸਲਾ ਹੋਵੇ ਅਤੇ ਸਾਰੀ ਸਿੱਖ ਕੌਮ ਚੁੱਪ ਰਹੇ, ਇਹ ਨਹੀਂ ਇਹਨਾਂ ਨੂੰ ਸਮਝ ਆ ਰਹੀ ਕਿ ਕਿਉਂ ਚੁੱਪ ਰਹੇ? ਕਿਉਂਕਿ ਤੁਸੀਂ ਤੁਹਾਡਾ ਗਲਤ ਕੰਮ ਹੈ, ਉਹਨੂੰ ਠੀਕ ਕਰੋ। ਐਸ ਸੀ ਪੀ ਸੀ ਨੂੰ ਮਤਲਬ ਆਪਦਾ ਜਿਹੜਾ ਫੈਸਲਾ ਹੈਗਾ ਉਹਨਾਂ ਨੂੰ ਅਲੱਗ ਤੋਂ ਕਰ ਲੈਣਾ ਚਾਹੀਦਾ, ਵਿੱਚ ਦਖਲ ਅੰਦਾਜ਼ੀ ਸੁਖਬੀਰ ਬਾਦਲ ਨੂੰ ਨਹੀਂ ਕਰਨੀ ਚਾਹੀਦੀ। ਬਿਲਕੁਲ, ਉਹਨੂੰ ਪੀ ਟੀ ਸੀ ਨੂੰ ਤਾਂ ਬਿਲਕੁਲ ਹੀ ਨਾ ਆਉਣਾ ਚਾਹੀਦਾ ਜੀ। ਜੇ ਆਉਣੇ ਸਾਰਿਆਂ ਨੂੰ ਕਰਨ, ਜੇ ਉਹਨਾਂ ਨੇ ਕੋਈ ਲੋਕ ਬਾਕੀ ਹੋਰ ਚੈਨਲਾਂ ਬੜਾ ਪੈਸਾ ਵੀ ਦੇਣ ਨੂੰ ਤਿਆਰ ਨੇ ਜੀ, ਲੇਕਿਨ ਅਲਾਊ ਨਹੀਂ ਕਰ ਰਹੇ। ਅਤੇ ਮੈਨੂੰ ਪਤਾ ਲੱਗਿਆ ਹੁਣ ਵੀ ਵਿੰਗੇ ਟੇਡੇ ਢੰਗ ਨਾਲ ਨਾ ਪੀ ਟੀ ਸੀ ਨੂੰ ਕਿਸੇ ਹੋਰ ਨਾਂ 'ਤੇ ਦੇਣ ਨੂੰ ਫਿਰਦੇ ਨੇ। ਇਹ ਵੀ ਖਬਰਾਂ ਉੱਠ ਰਹੀਆਂ ਨੇ, ਕਹਿੰਦੇ ਕਿ ਭਗਵੰਤ ਮਾਨ ਸਰਕਾਰ ਜਿਹੜੀ ਮੈਜੋਰਟੀ, ਵੱਡੀ ਮੈਜੋਰਟੀ ਉਹਨਾਂ ਦੇ ਕੋਲ ਹੈਗੀ ਹੈ, ਕੋਈ ਰਾਜਨੀਤੀ ਘੜੀ ਜਾ ਰਹੀ ਹੈ ਕਿ ਐਸ ਸੀ ਪੀ ਸੀ 'ਤੇ ਆਉਣ ਵਾਲੇ ਸਮੇਂ 'ਚ ਕੋਈ ਕਬਜ਼ੇ ਹੋ ਰਹੇ ਨੇ। ਸੋਸ਼ਲ ਮੀਡੀਆ 'ਤੇ ਲਗਾਤਾਰ ਅਜਿਹੀਆਂ ਵੀਡੀਓ ਵੀ ਸਾਹਮਣੇ ਆ ਰਹੀਆਂ ਨੇ। ਦੇਖੋ, ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਖਤਮ ਕਰਤਾ ਜੀ, ਅਜੇ ਵੀ ਜਿਹੜੀ ਜਾਨ ਹੈ ਤਾਂ ਇੱਕ ਹੁਣ ਵੀ ਉਹਦੇ ਹੱਥ 'ਚ ਹੈ ਕਿ ਅਗਰ ਉਹ ਰਿਜ਼ਾਈਨ ਕਰਦੇ ਤਾਂ ਸਾਰੇ ਇਸ਼ੂ ਸਾਰੇ ਇਕੱਠੇ ਅਕਾਲੀ ਹੋ ਸਕਦੇ ਨੇ। ਔਰ ਸਾਰੀ ਇਹ ਨਹੀਂ ਹੈ ਕਿ ਨੈਸ਼ਨਲੀ ਔਰ ਇੰਟਰਨੈਸ਼ਨਲ ਤੋਂ ਵੀ ਸਿੱਖਾਂ ਦੇ ਬੜੇ ਟੈਲੀਫੋਨ ਆਉਂਦੇ ਨੇ, ਉਹ ਕਹਿੰਦੇ ਤੁਸੀਂ ਬਾਦਲ ਪਰਿਵਾਰ ਨੂੰ ਪਰੇ ਕਰੋ ਅਤੇ ਇਹਦਾ ਅਸੀਂ ਤੁਸੀਂ ਆਪਣਾ ਅਕਾਲੀ ਦਲ ਬਚਾਓ। ਮਤਲਬ ਅਗਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਹਟਦੇ ਤਾਂ ਤੁਸੀਂ ਅਕਾਲੀ ਦਲ ਰੀਜੁਆਇਨ ਫਿਰ ਕਰੋਗੇ ਵਾਪਸੀ, ਮਤਲਬ ਕਰ ਲਓ? ਇਕੱਠੇ ਹੋ ਜਾਣਗੇ ਸਾਰੇ ਅਕਾਲੀ ਦਲ। ਅੱਛਾ, ਇਕੱਠੇ ਹੋ ਜਾਓਗੇ। ਹਾਂ, ਅਤੇ ਇੱਕ ਸੁਨੇਹਾ ਕੀ ਹੈਗਾ ਅਸੀਂ ਪੰਜਾਬ ਵਾਸੀਆਂ, ਤੁਸੀਂ ਬੜੇ ਸੀਨੀਅਰ ਲੀਡਰ ਹੈਗੇ, ਰਾਜਨੀਤੀ ਨੂੰ ਬੜੀ ਨੇੜਤਾ ਤੋਂ ਦੇਖਿਆ, ਆਪਣੇ ਸਰੀਰ 'ਤੇ ਅੰਡਾਏ ਨੇ ਜਿਹੜੇ ਦੁੱਖ ਪੰਜਾਬ 'ਤੇ ਆਏ ਨੇ, ਅਤੇ ਤੁਹਾਡਾ ਮੈਸੇਜ ਕੀ ਹੈਗਾ ਪੰਜਾਬ ਵਾਸੀਆਂ ਲਈ? ਮੈਂ ਇੱਕੋ ਮੈਸੇਜ ਦੇਣਾ ਚਾਹੁੰਦਾ, ਇੱਕ ਤਾਂ ਇਹ ਹੈ ਕਿ ਸੁਖਬੀਰ ਇਕੱਲੇ ਹੀ ਅੜਿਆ ਹੋਇਆ, ਉਹਨੂੰ ਸਾਰਿਆਂ ਨੂੰ ਸਮਝ ਕੇ ਉਹਦੇ 'ਚ ਆਵਾਜ਼ ਉਠਾਉਣੀ ਚਾਹੀਦੀ ਹੈ, ਤਾਂ ਕਿ ਸੁਖਬੀਰ 'ਚ ਹਿੰਮਤ ਹੀ ਨਾ ਹੋਵੇ ਕਿ ਉਹ ਰਹੇ ਪ੍ਰਧਾਨ ਰਹੇ। ਦੂਜਾ ਇਹ ਕਿ ਤੁਸੀਂ ਸਿੱਖ ਕੌਮ ਦੀ ਸ਼੍ਰੋਮਣੀ ਅਕਾਲੀ ਦਲ ਦਾ ਪੂਰਾ ਸਾਥ ਦਿਓ, ਔਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਵੇ ਅਤੇ ਸੁਖਬੀਰ ਤੋਂ ਬਿਨਾਂ ਹੋਵੇ। ਬਿਲਕੁਲ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਧੰਨਵਾਦ, ਮਿਹਰਬਾਨੀ। ਸੋ ਇਹ ਸਾਡੇ ਨਾਲ ਸੁਖਦੇਵ ਸਿੰਘ ਢੀਂਡਸਾ, ਉਹਨਾਂ ਨੇ ਇਹੀ ਕਿਹਾ, ਸਪਸ਼ਟ ਕੀਤਾ ਕਿ ਅਗਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਹਟਦੇ ਨੇ ਤਾਂ ਅਸੀਂ ਰੀਜੁਆਇਨ ਕਰਾਂਗੇ, ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਉਸ ਮੁਕਾਮ 'ਤੇ ਖੜ੍ਹਾ ਕਰਾਂਗੇ ਜਿੱਥੇ ਕਿ ਪਹਿਲਾਂ ਜਿਹੜੀ ਸਰਕਾਰ ਪੰਜਾਬ 'ਚ ਬਣਦੀ ਸੀ ਜਾਂ ਇੱਕ ਪੰਥ ਦੀ ਜਿਹੜੇ ਰਖਵਾਲੇ ਹੁੰਦੇ ਸੀ। ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।